ਭਾਵੇਂ ਕਈ ਮਹਾਂਪੁਰਸ਼, ਕਈ ਭਗਤ, ਕਈ ਜਪੀ ਤਪੀ ਹੋਇਆ, ਪਰ ਮਨ ਦੇ ਵਿੱਚ ਇਹੋ ਹੀ ਇੱਛਾ ਆਈ ਕਿ ਇਹ ਕਦੋਂ ਸਮਾਂ ਹੋਊ ਕਿ ਮੈਂ ਵੀ ਆਪਣੇ ਗੁਰੂ ਵਰਗਾ ਹੋ ਜਾਊਂਗਾ। ਕਬੀਰ ਸਾਹਿਬ ਦੇ ਮਨ ਵਿੱਚ ਵੀ ਫੁਰਨਾ ਆਇਆ ਕਿ ਕਦੋਂ ਸਮਾਂ ਆਊ ਕਿ ਮੈਂ ਵੀ ਰਾਮ ਬਣ ਜਾਊ। ਬਾਣੀ ਹੋਰ ਲਾਉਂਦੀ ਆਪ ਜਾਏ ਚੜ੍ਹੇ ਸਿੰਘਾਸਨ ਬਿਲਹਿ ਸਾਤ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ ਕੋਈ ਪਛਾਣ ਨਾ। ਉਹਨਾਂ ਨੂੰ ਜੀ ਆਇਆ ਜੀ ਆਇਆ ਇੱਕ ਇੱਕ ਕਦਮ ਸਿਰ ਮੱਥੇ ਤੇ। ਸੋ ਆਓ ਮਹਾਂਪੁਰਸ਼ਾਂ ਨੂੰ ਬੇਨਤੀ ਹੈ ਕਿ ਉਹ ਆ ਮਿਲੇ ਪ੍ਰਭੂ ਹਰ ਕਰਲੇ ਕਾ ਤੁਸੀਂ ਹਰ ਨਾਮੋ ਮੰਤਨ ਗੜਾਏਗਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਨਾਮ ਲਾਇਆ ਜਿਨ ਤੁਰੇ ਪਿਆ ਸੰਯੋਗ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੁਖ ਜਾਨ ਸੀ ਸਾਨੂੰ ਨਾ ਜਾਣਾ
ਜਿੱਥੇ ਨਾ ਸਮਾਂ ਕੱਢ ਕੇ ਆਏ ਉਹਨਾਂ ਉੱਥੇ ਚੁੱਪ ਦਾ ਦਾਨ ਬਖਸ਼ ਕੇ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਅੱਜ ਦਾ ਦਿਨ ਲੇਖੇ ਦੇ ਵਿੱਚ ਲਾ ਲਾ। ਤੁਸੀਂ ਐਵੇਂ ਨਹੀਂ ਚੱਲ ਕੇ ਆਏ, ਤੁਹਾਡੇ ਕੋਲ ਪੂਰਵਲੇ ਕਰਮ ਸਨ ਜਿਹੜੇ ਤੁਹਾਨੂੰ ਲੈ ਕੇ ਆਏ ਹਨ। ਗੁਰਮੁਖ ਪਿਆਰੇ, ਜਿਹਦਾ ਬੈਂਕ ਦੇ ਵਿੱਚ ਕੋਈ ਪੈਸਾ ਹੀ ਨਹੀਂ ਜਮਾ, ਉਹ ਬੈਂਕ 'ਚ ਕਰਨ ਕੀ ਜਾਊਗਾ? ਜਿਹਦਾ ਕੋਈ ਪੈਸਾ ਹੀ ਨਹੀਂ ਉਹ ਬੈਂਕ 'ਚ ਜਾਊ ਕੀ ਕਰਨ? ਜਿਹਦਾ ਅਕਾਊਂਟ ਹੀ ਨਹੀਂ ਖੁੱਲਿਆ, ਕੋਈ ਪੈਸਾ ਨਹੀਂ ਜਮਾ, ਜਾਊ ਕੀ ਜਾ ਕੇ ਬੈਠਾ ਰਹੂਗਾ, ਸ਼ਾਮ ਨੂੰ ਉੱਠ ਕੇ ਆ ਜਾਊਗਾ? ਬੈਂਕ ਦੇ ਵਿੱਚ ਜਾਂਦਾ ਕੌਣ ਹੈ ਜਿਹਦੇ ਅਕਾਊਂਟ ਦੇ ਵਿੱਚ ਰਾਸ਼ੀ ਜਮਾ, ਪੈਸੇ ਜਮਾਂ ਹੋਣ? ਉਹ ਪੈਸੇ ਜਮ੍ਹਾਂ ਕਰਾਉਣ ਵੀ ਜਾਂਦਾ, ਕਢਾਉਣ ਵੀ ਜਾਂਦਾ, ਪਰ ਜਿਹਦਾ ਕੱਟ ਵੀ ਨਹੀਂ ਉਹ ਬੈਂਕ 'ਚ ਬੈਠਾ ਰਹੇ ਸਾਰੀ ਦਿਹਾੜੀ। ਜਾ ਕੇ ਬੈਂਕ ਵਾਲੇ ਵੀ ਪੁੱਛਦੇ ਨੇ, ਭਾਈ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਇੱਥੇ ਬੈਠਾ ਰਿਹਾ, ਚਾਹੀਦਾ ਕੀ ਹੈ? ਲੈਣੇ ਨੇ ਕਿ ਦੇਣੇ ਨੇ ਕਿ ਜਮ੍ਹਾਂ ਕਰਾਉਣੇ ਨੇ, ਕੀ ਕਰਨਾ? ਤੁਲਸੀਦਾਸ ਜੀ ਇਸੇ ਗੱਲ ਨੂੰ ਇਸੇ ਹੀ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਦੇ ਹਨ, ਜਿਹਦੇ ਚੰਗੇ ਕਰਮ ਹਨ ਉਹ ਗੁਰੂ ਘਰ ਵੱਲ ਮੂੰਹ ਕਰਦਾ ਹੈ। ਤੁਲਸੀ ਪੂਰਵਲੇ ਕਰਮ ਬਿਨ ਹਰ ਜਸ ਸੁਣਿਆ ਨਾ ਜਾਏ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਜਸ ਹੈ ਨਾ, ਇਹ ਮਾੜੇ ਕਰਮਾਂ ਤੋਂ ਬਿਨਾਂ ਸੁਣਿਆ ਨਹੀਂ ਜਾ ਸਕਦਾ। ਜੇ ਕੋਈ ਟਾਈਮ ਕੱਢ ਕੇ ਘਰੋਂ ਆ ਵੀ ਗਿਆ ਉਹ ਇੱਥੇ ਬਹਿ ਨਹੀਂ ਸਕਦਾ, ਜੇ ਬਹਿ ਗਿਆ ਉਹ ਸੁਣ ਨਹੀਂ ਸਕਦਾ, ਜੇ ਸੁਣ ਵੀ ਲਿਆ ਉਹਨੇ ਮੰਨਣਾ ਹੀ ਨਹੀਂ। ਗੁਰਮੁਖ ਪਿਆਰੇ ਤੁਲਸੀਦਾਸ ਜੀ ਇਸੇ ਗੱਲ ਦੀ ਪੁਸ਼ਟੀ ਕਰਦੇ ਹੋਏ ਕਹਿੰਦੇ ਹਨ, ਤੁਲਸੀ ਪੂਰਵਲੇ ਕਰਮ ਬਿਨ ਹਰ ਜਸ ਸੁਣਿਆ ਨਾ ਜਾਏ ਕਹਿ ਕੂੰਗਾ। ਜੇ ਘਰੋਂ ਆ ਗਿਆ ਮੱਥਾ ਟੇਕ ਕੇ ਬਹਿ ਗਿਆ ਨਾ, ਇਹ ਧਿਆਨ ਦਿਓ ਸਾਰੇ ਜਾਣੇ ਗੱਲਾਂ ਬਾਤਾਂ ਕਰਕੇ ਨਾ ਤੁਰ ਜਿਓ। ਘਰ ਜਾ ਕੇ ਕਹੋ ਵੀ ਮੋਠਾਂ ਦੀ ਦਾਲ ਹੀ ਬੜੀ ਸਵਾਦ ਬਣੀ ਸੀ। ਲਓ ਜੀ ਬਾਬਿਆਂ ਦੇ ਤੇ ਪਤਾ ਨਹੀਂ ਕਿੰਨੇ ਕੁ ਪਦਾਰਥ ਆ ਕੇ ਖਾ ਖਾ ਕੇ ਰੱਜ ਗਏ। ਕਈ ਮੇਰੇ ਵਰਗੇ ਰੋਟੀਆਂ ਨਾਲ ਹੀ ਰੱਜਣ ਆਉਂਦੇ ਨੇ, ਕਈ ਪਦਾਰਥ ਖਾਣ ਹੀ ਆਉਂਦੇ ਨੇ। ਕੋਈ ਵਿਰਲੇ ਹੀ ਹਨ ਜਿਹੜੇ ਗੁਰੂ ਦਰਬਾਰ ਦੇ ਵਿੱਚ ਆ ਕੇ ਮਨ ਦੀ ਖੁਰਾਕ ਬਾਣੀ ਕਥਾ ਕੀਰਤਨ ਸਰਵਣ ਕਰਦੇ ਨੇ ਤੇ ਕੁਝ ਚੀਜ਼ ਪੱਲੇ ਵੀ ਬੰਨ ਕੇ ਲੈ ਜਾਂਦੇ ਨੇ। ਲਓ ਮੇਰਾ ਖਿਆਲ ਹੈ ਕਈ ਸੁਬਾਹ ਦੇ ਬੈਠੇ ਨੇ ਆਣ ਕੇ, ਕਈਆਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੋਣਾ ਜੋ ਹੁਕਮਨਾਮਾ ਕਿਹੜਾ ਆਇਆ। ਸੰਗਰਾਂਦ ਦਾ ਦਿਨ ਘਰੋਂ ਗਏ, ਇੰਨੀ ਕੀ ਗੱਲ ਯਾਦ ਰਹਿ ਗਈ ਵੀ ਬਾਬੇ ਨੇ ਅੱਜ ਨਾਲ ਜਿਹੜਾ ਕੜਾਹ ਬਣਾਇਆ ਸੀ ਬੜਾ ਸਵਾਦ ਸੀ, ਘੇਈ ਬੜਾ ਪਾਇਆ ਸੀ। ਵਾਹਿਗੁਰੂ ਦੀਆਂ ਗੱਲਾਂ ਯਾਦ ਰਹਿ ਜਾਂਦੀਆਂ। ਗੁਰਮੁਖ ਪਿਆਰੋ, ਪਰ ਗੁਰੂ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਮੇਰਾ ਖਿਆਲ ਨਹੀਂ ਕਿਸੇ ਦੇ ਚੇਤੇ ਹੋਏ ਵੀ ਅੱਜ ਹੁਕਮਨਾਮਾ ਕਿਹੜਾ ਆਇਆ। ਮੇਰਾ ਖਿਆਲ ਹੈ ਕਈਆਂ ਨੂੰ ਇੰਨਾ ਨਹੀਂ ਪਤਾ ਹੋਣਾ ਵੀ ਅੱਜ ਮਹੀਨਾ ਹੀ ਕਿਹੜਾ ਚੜਿਆ, ਉਹ ਵੀ ਸ਼ਾਮ ਨੂੰ ਪੁੱਛਣਗੇ ਵੀ ਕਿਹੜਾ ਮਹੀਨਾ ਚੜ ਗਿਆ। ਕਈਆਂ ਦਾ ਅਜੇ ਪਰਸੋਂ ਨੂੰ ਜਾ ਕੇ ਪੁੱਛਣਾ ਸਰਦਾਰ ਬਣਾਈ ਕਿ ਨਹੀਂ। ਗੁਰਮੁਖ ਪਿਆਰੋ, ਮਾੜੇ ਕਰਮਾਂ ਦੀਆਂ ਨਿਸ਼ਾਨੀਆਂ ਨੇ, ਇਹ ਮਾੜੇ ਕਰਮਾਂ ਦੀਆਂ ਨਿਸ਼ਾਨੀਆਂ ਤੁਲਸੀਦਾਸ ਜੀ ਕਹਿੰਦੇ ਨੇ ਕਹਿ ਕੂੰਗੇ। ਕਹਿੰਦੇ ਜੇ ਸੰਗਤ ਵਿੱਚ ਆ ਕੇ ਬਹਿ ਵੀ ਗਿਆ ਨਾ, ਉਂਗਣਾ ਕਹਿੰਦੇ ਨੇ ਨੀਂਦ ਨੂੰ, ਜਾਂ ਉਹਨੂੰ ਵਿਚਾਰੇ ਨੂੰ ਨੀਂਦ ਆਣ ਕੇ ਜ਼ੋਰ ਪਾ ਲੂਗੀ, ਉਹ ਗੁਰਮੁਖ ਪਿਆਰੋ ਐਂ ਪੂਰੇ ਜਿਹੇ ਰਹੀ, ਕਦੀ ਅੱਗੇ ਨੂੰ ਡਿੱਗੂਗਾ, ਕਦੀ ਪਿੱਛੇ ਨੂੰ ਡਿੱਗੂਗਾ, ਕਦੀ ਕੰਧ ਨਾਲ ਢਾਸ ਨਾ ਲਾਊਗਾ, ਕਦੀ ਖੱਬੇ ਡਿੱਗੂਗਾ, ਕਦੀ ਸੱਜੇ ਡਿੱਗੂਗਾ। ਉਹ ਨੇੜੇ ਬੈਠੇ ਵਾਲਾ ਵੀ ਇੱਕ ਦੋ ਵਾਰੀ ਕਹੂਗਾ ਭਾਈ ਸਭ ਸਿੱਧਾ ਹੋ ਕੇ ਬਹਿ, ਸਿੱਧਾ ਹੋ ਕੇ ਬਹਿ। ਹੁਣ ਉਹਦੇ ਬਸ ਕੀ ਹੈ, ਉਹਦੇ ਕਲਮ ਵੀ ਬਾੜੇ, ਰੋਟੀਆਂ ਜਾਂਦੀਆਂ ਖਾਦੀਆਂ, ਸੰਗਤ 'ਚ ਬੈਠਣਾ ਕਿਤੇ ਸੌਖਾ ਹੀ ਹੈ, ਸੰਗਤ 'ਚ ਬੈਠਣਾ ਕਿਤੇ ਸੌਖਾ ਹੀ ਹੈ। ਸੰਗਤ ਕਾ ਗੁਣ ਬਹੁਤ ਅਦਕ ਹੈ, ਬੜਾ ਵੱਡਾ ਗੁਣ ਦੱਸਿਆ ਸੰਗਤ ਦਾ, ਪੜ ਗਣਕਾ ਗਣਕਾ ਵਰਗੀਆਂ ਗੁਰਮੁਖ ਪਿਆਰ ਬੇਸਵਾ ਵੀ ਤਰ ਗਈਆਂ। ਗਣਕਾ ਜੰਗ ਯੁੱਧ ਤੋਂ ਬਾਅਦ ਦੇ ਵਿੱਚ ਤੁਰੇ ਜਾ ਰਹੇ ਹਨ, ਜਦੋਂ ਜਾਂਦੇ ਜਾਂਦੇ ਇਹ ਜਿਹੜੇ ਬਰਾੜ ਕੌਮ ਸੀ ਨਾ, ਬਰਾੜ ਬਰਾੜਾਂ ਨੇ ਆਣ ਕੇ ਤੇ ਕਲਗੀਧਰ ਪਾਤਸ਼ਾਹ ਤੋਂ ਤਨਖਾਹਾਂ ਮੰਗੀਆਂ, ਲੱਗੇ ਪਏ ਮਹਾਰਾਜ ਜੀ ਆਨੰਦਪੁਰ ਤੋਂ ਤੁਰੇ ਹੋ, ਕਿੰਨੇ ਜੰਗ ਲੜੇ ਨੇ, ਮਹਾਰਾਜ ਸਾਡੀਆਂ ਤਨਖਾਹਾਂ ਬਾਕੀ ਚਾਹੀਦੀਆਂ ਨੇ, ਇੰਜ ਕਰੋ ਤਨਖਾਹਾਂ ਸਾਡੀਆਂ ਦੇ ਕੇ ਫਿਰ ਅੱਗੇ ਜਾਓ। ਇਹਨਾਂ ਨੇ ਕੀ ਕੀਤਾ, ਕਲਗੀਧਰ ਪਾਤਸ਼ਾਹ ਲੱਗੇ ਕਹਿਣ, ਸਿੱਖੋ ਕੋਈ ਗੱਲ ਨਹੀਂ, ਸਮਾਂ ਆਇਆ ਜਦੋਂ ਆਨੰਦਪੁਰ ਦਾ ਖਜ਼ਾਨਾ ਜਿਹੜਾ ਦਰਿਆਏ ਸਰਸਾ ਦੇ ਵਿੱਚ ਰੁੜ ਗਿਆ, ਤੁਹਾਡੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ। ਇਹਨਾਂ ਬਰਾੜਾਂ ਨੇ ਕਿਹਾ, ਜੇ ਮਾਲਵੇ ਇਲਾਕੇ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਬਾਹਰ ਚਲੇ ਗਏ ਨਾ, ਇਹਨਾਂ ਨੇ ਆਪਣੀਆਂ ਰਹਿੰਦੀਆਂ ਤਨਖਾਹਾਂ ਬਾਕੀ ਨਹੀਂ ਦੇਣੀਆਂ। ਇਹਨਾਂ ਨੇ ਮਹਾਰਾਜ ਦੇ ਘੋੜੇ ਦੀਆਂ ਵਾਕਾਂ ਫੜ ਲਈਆਂ, ਮਹਾਰਾਜ ਘੋੜਾ ਆ ਕੇ ਫੇਰ ਜਾਲ ਦੇਣਾ ਜੇ ਸਾਡੀਆਂ ਰਹਿੰਦੀਆਂ ਤਨਖਾਹਾਂ ਦੇਵੋਗੇ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕੁੱਚੀ ਟਿੱਬੀ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਗਏ।
ਜਦੋਂ ਬੈਠ ਕੇ ਹਜ਼ੂਰ ਦਾ ਕੌਤਕ ਐਸਾ ਵਰਤਿਆ, ਕਹਿੰਦੇ ਨੇ ਇੱਕ ਸ਼ਾਹੂਕਾਰ ਖੱਚਰ ਸੋਨੇ ਦੀਆਂ ਮੋਹਰਾਂ ਦੀ ਲੱਦ ਕੇ ਤੇ ਹਜ਼ੂਰ ਦੇ ਚਰਨਾਂ ਵਿੱਚ ਆਇਆ, ਲਿਆ ਕੇ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖ ਦਿੱਤੀਆਂ। ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਹੁਕਮ ਕੀਤਾ, ਭਾਈ ਸਾਹਿਬ ਜੀ ਢਾਲ ਲੈ ਕੇ ਆ। ਢਾਲਾਂ ਸੋਨੇ ਦੀਆਂ, ਮਾਫ ਕਰਨਾ, ਢਾਲ ਸੋਨੇ ਦੀਆਂ ਮੋਹਰਾਂ ਦੀ ਭਰ ਭਰ ਕੇ ਇੱਕ ਇੱਕ ਸਾਰੇ ਸਿੱਖਾਂ ਦੀਆਂ ਲੈਣਾਂ ਲਾ ਲਈਆਂ। ਲੈਣਾਂ ਤੋਂ ਬਾਅਦ ਜਦੋਂ ਸਿੱਖ ਨੇੜੇ ਆਉਂਦਾ ਨਾ, ਕਲਗੀਧਰ ਪਾਤਸ਼ਾਹ ਪੁੱਛਦੇ, ਭਾਈ ਸਿੱਖੀ ਚਾਹੀਦੀ ਹੈ ਕਿ ਮਾਇਆ ਚਾਹੀਦੀ ਹੈ, ਸਿੱਖੀ ਚਾਹੀਦੀ ਹੈ ਕਿ ਮਾਇਆ ਚਾਹੀਦੀ ਹੈ। ਇਹ ਜਿਹੜੇ ਵਿਰਾਟ ਸੀ ਨਾ, ਇਹ ਖੱਤਰੀ ਜੀ ਹੱਸੀ ਹੱਸ ਕੇ ਕਹਿੰਦੇ ਨੇ, ਮਹਾਰਾਜ ਸਿੱਖੀ ਤਾਂ ਸਾਡੇ ਕੋਲ ਹੈ ਹੀ ਹੈ, ਸਿੱਖੀ ਤਾਂ ਸਾਡੇ ਕੋਲ ਹੈ ਹੀ ਆ, ਅਸੀਂ ਤੁਹਾਡੇ ਸਿੱਖ ਹੀ ਹਾਂ, ਪਰ ਮਹਾਰਾਜ ਸਾਨੂੰ ਤੇ ਮਾਇਆ ਚਾਹੀਦੀ, ਕਿਰਪਾ ਕਰੋ ਸਾਨੂੰ ਤੇ ਮਾਇਆ ਚਾਹੀਦੀ ਹੈ। ਗੁਰਮੁਖ ਪਿਆਰੇ ਅਸੀਂ ਉੱਥੇ ਹੁੰਦੇ ਅਸੀਂ ਕੀ ਕਰਦੇ, ਗੱਲਾਂ ਅਸੀਂ ਸਿੱਖੀ ਦੀਆਂ ਕਰਦੇ ਹਾਂ, ਪੱਲੇ ਸਾਡੇ ਕੱਖ ਨਹੀਂ। ਜਿਹੜਾ ਕੋਈ ਬੰਦਾ ਨਵਾਂ ਨਵਾਂ ਅੰਮ੍ਰਿਤ ਛੱਕ ਲੈਣਾ, ਉਹ ਸਾਰੇ ਪਿੰਡ ਨੂੰ ਭਰਤੂ ਪਾਈ ਰੱਖਦਾ, ਉਹ ਅੰਮ੍ਰਿਤ ਛੱਕ ਕੇ ਕਹਿੰਦਾ ਮੈਂ ਤੇ ਪਿੰਡ ਦਾ ਜਥੇਦਾਰ ਬਣ ਗਿਆ, ਆਹ ਬਾਬਿਆਂ ਨੇ ਭੋਗ ਨਹੀਂ ਲਵਾਇਆ, ਬਾਬਾ ਜੀ ਅਰਦਾਸ ਕਿੱਦਾਂ ਕੀਤੀ ਹੈ। ਮਹਾਰਾਜ ਤੁਸੀਂ ਤੇ ਦੇਗ ਦੇ ਜਸਰੀ ਸਾਹਿਬ ਨਹੀਂ ਫੇਰੀ, ਉਹ ਵੱਡਾ ਜਥੇਦਾਰ ਬਣ ਕੇ ਬਹਿ ਜਾਂਦਾ, ਪਰ ਸਿੱਖੀ ਦੀ ਪੱਖ ਜਦੋਂ ਪੈਂਦੀ ਹੈ, ਕਬੀਰ ਜੀ ਕਹਿੰਦੇ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਕੇ ਜੋ ਮਰਜੀ ਬਾ ਹੋਏ। ਮਹਾਰਾਜ ਪੁੱਛਦੇ ਮਹਾਂਪੁਰਖਾਂ ਦੀ ਮਾਤਾ ਹੈ, ਉਹਨਾਂ ਨੂੰ ਜਨਮ ਦਿੱਤਾ, ਕਹਿੰਦੇ ਧਰਮ ਰਾਜਾ ਪੈ ਗਿਆ ਸ਼ਸ਼ੋ ਮੱਜੀ ਦੇ ਵਿੱਚ, ਧਰਮ ਰਾਜਾ ਲੱਗਾ ਕਹਿ ਮਾਤਾ ਜਾ ਤੈਨੂੰ ਕੁਝ ਘੜੀਆਂ ਦੀ ਮੋਹਤ ਦਿੱਤੀ ਜਾਂਦੀ ਹੈ, ਜਾ ਮਾਤਲਬ ਦੀ ਧਰਤੀ ਤੇ ਵਾਪਸ ਚਲੀ ਜਾ, ਜਾ ਜਾ ਕੇ ਅੰਮ੍ਰਿਤ ਛੱਕ ਕੇ ਦੁਬਾਰਾ। ਮਾਤਾ ਲੱਗੀ ਕਹਿੰਦੇ ਇਸ ਕਰਕੇ ਮੈਂ ਵਾਪਸ ਆਈ ਹਾਂ। ਇਹ ਗੱਲ ਸੁਣਦਿਆਂ ਸਾਰ ਮਹਾਂਪੁਰਖਾਂ ਨੇ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ, ਉਸ ਵੇਲੇ ਕਹਿੰਦੇ 18,000 ਬੰਦੇ ਨੇ ਅੰਮ੍ਰਿਤ ਛਕਿਆ ਤੇ ਗੁਰੂ ਕੇ ਜਹਾਜ਼ ਦੇ ਉੱਤੇ ਖੜਿਆ ਸੀ, 18,000 ਬੰਦਾ। ਕਹਿੰਦੇ ਸੰਗਤ ਇੰਨੀ ਹੋ ਗਈ, ਪੰਜ ਪਿਆਰੇ ਸਾਹਿਬ ਬਣਨ ਲੱਗੇ ਕਹਿਣ ਮਹਾਂਪੁਰਖਾਂ ਨੂੰ, ਇੰਨੀ ਸੰਗਤ ਦਾ ਗੱਠ ਹੈ ਸਾਡੇ ਕੋਲ, ਅੰਮ੍ਰਿਤ ਕਈਆਂ ਦਿਨਾਂ 'ਚ ਨਹੀਂ ਛਕਾਇਆ ਜਾਣਾ। ਹੋਵੇ ਕੁਰਬਾਨ, ਅਸੀਂ ਤੇ ਆਪਣੇ ਗੁਰੂ ਦਾ ਹੁਕਮ ਮੰਨਣਾ, ਚਾਹੇ ਸਾਡੇ ਤੇ ਕੋਈ
ਨਹੀਂ ਹੈ। ਗੁਰਮੁਖ ਪਿਆਰੋ ਐਡੀ ਉੱਚੀ ਅਵਸਥਾ ਦੇ ਬਾਬਾ ਨਾਨਕ ਸਿੰਘ ਜੀ, ਹੁਣ ਬਾਬਾ ਨਾਨਕ ਸਿੰਘ ਜੀ ਕਿਆ ਕਰਦੇ? ਬਾਬਾ ਜੀ ਕਹਿੰਦੇ ਇੱਕ ਬੇਸਵਾ ਦੇ ਪਿੰਡੋਂ ਬੱਚਾ ਲੈ ਲਵੇ, ਜਨਮ ਬੱਚਾ ਜਨਮ ਲੈ ਲਵੇ। ਉਹ ਬੱਚਾ ਜਦੋਂ ਵੱਡਾ ਹੋ ਜਾਂਦਾ ਹੈ, ਹੁਣ ਬੇਸਵਾ ਦੇ ਪਿੰਡੋਂ ਬੱਚੇ ਨੇ ਲਿਆ ਜਨਮ, ਉਹਨੂੰ ਕੋਈ ਪੁੱਛੇ ਬੇਟਾ ਤੇਰੇ ਪਿਓ ਦਾ ਨਾਂ ਕੀ ਹੈ? ਹੁਣ ਤੁਸੀਂ ਸਾਰੇ ਸਿਆਣੇ ਬੈਠੇ ਹੋ ਭਾਈ ਭਾਈ, ਹੁਣ ਤੁਸੀਂ ਇੱਕ ਗੱਲ ਦਾ ਨਿਰਣਾ ਕਰਕੇ ਦੱਸਿਓ, ਜਿਹੜੀ ਬੇਸਵਾ ਦੇ ਪੇਟੋਂ ਬੱਚੇ ਨੇ ਜਨਮ ਲਿਆ ਹੈ, ਉਹਨੂੰ ਪੁੱਛਿਆ ਗਿਆ ਤੇਰੇ ਪਿਓ ਦਾ ਨਾਂ ਕੀ ਹੈ? ਉਹ ਬਾਂਹ ਖੜੀ ਕਰਕੇ ਦੱਸ ਦਿਓ ਵੀ ਬੇਸਵਾ ਦੇ ਬੱਚੇ ਦੇ ਪਿਓ ਦਾ ਨਾਂ ਕੋਈ ਹੈ? ਜਿਵੇਂ ਬੇਸਵਾ ਦੇ ਪੇਟੋਂ ਬੱਚੇ ਨੇ ਜਨਮ ਲਿਆ ਹੈ, ਉਹ ਬੱਚਾ ਆਪਣੇ ਪਿਓ ਦਾ ਨਾਂ ਨਹੀਂ ਦੱਸ ਸਕਦਾ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਆਪਣੇ ਗੁਰੂ ਦਾ ਨਾਂ ਨਹੀਂ ਦੱਸ ਸਕਦਾ। ਤੂੰ ਕਿਹਦਾ ਸਿੱਖ ਹੈ? ਤੂੰ ਜਨੇਊ ਨਹੀਂ ਪਾਇਆ, ਤੂੰ ਹਿੰਦੂ ਵੀ ਨਹੀਂ, ਤੂੰ ਸੰਤ ਨਹੀਂ ਕਰਾਈ, ਤੂੰ ਮੁਸਲਮਾਨ ਵੀ ਨਹੀਂ। ਗੁਰਮੁਖ ਪਿਆਰਿਆ ਤੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਵੀ ਬਣਿਆ, ਤੂੰ ਸਿੱਖ ਵੀ ਨਹੀਂ, ਤੂੰ ਹੈ ਕੌਣ? ਹੈ ਕੌਣ? ਫਿਰ ਤਾਂ ਬਸ ਗੁਰਮੁਖ ਪਿਆਰਿਆ ਤਾਂ ਦੋਗਲੇ ਬੱਚੇ ਹੁੰਦੇ ਨੇ, ਨਾ ਉਹ ਦੇਸੀਆਂ 'ਚ ਅਤੇ ਨਾ ਉਹ ਅੰਗਰੇਜ਼ੀਆਂ ਦੇ ਵਿੱਚ। ਉਹਨਾਂ ਨੂੰ ਕੀ ਕਹਿੰਦੇ? ਕਹਿੰਦੇ ਦੋਗਲਾ ਹੈ ਜੀ ਇਹ। ਆਪਾਂ ਕਹਿੰਦੇ ਕੋਈ ਗਾਂ ਖਰੀਦਣ ਜਾਈਏ, ਇਹ ਤਾਂ ਵਿਲੈਤਣ ਬੰਦੀ, ਇਹ ਵਿਲੈਤਣ ਬੰਦੀ ਹੈ, ਦੇਸੀ ਵੀ ਨਹੀਂ। ਜਿਹਦੇ ਕੋਲ ਲੈਣ ਜਾਂਦੇ ਉਹ ਗਾਂ ਦਾ ਮਾਲਕ ਕਹਿੰਦਾ ਦੋਗਲੀ ਹੈ, ਇਹ ਦੋਗਲੀ ਨਸਲ ਦੀ ਹੈ, ਇਹ ਵਿਲੈਤਣ ਬੰਦੀ ਹੈ, ਦੇਸੀ ਵੀ ਨਹੀਂ ਹੈ, ਦੋਗਲੀ ਹੈ। ਤੇ ਜਿਹਨੇ ਅੰਮ੍ਰਿਤ ਨਹੀਂ ਛਕਿਆ ਫਿਰ ਉਹਨੂੰ ਆਪਾਂ ਕੀ ਕਹਾਂਗੇ? ਅੱਜ ਦਾ ਦਿਨ ਹੈ, ਮੇਰੀ ਇੱਕ ਬੇਨਤੀ ਹੈ, ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਓ, ਨਹੀਂ ਤਾਂ ਦੁਬਾਰਾ ਜਨਮ ਲੈਣਾ ਪੈਣਾ। ਗੁਰਮੁਖ ਪਿਆਰੇ ਹੋ, ਮਹਾਂਪੁਰਖ ਕਿਆ ਕਰਦੇ ਸੀ? ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ, ਉਹ ਸਿੱਖੀ ਦੇ ਪਹਿਲੇ ਡੰਡੇ ਦੇ ਉੱਤੇ ਪੈਰ ਖੜਾ, ਅਗਲੀ ਮੰਜ਼ਿਲ ਤੇ ਜੇ ਤੇਰੀ ਸ਼ੁਰੂ ਹੋਣੀ ਹੈ, ਅਗਲੀ ਮੰਜ਼ਿਲ ਤੇਰੀ ਫੇਰ ਸ਼ੁਰੂ ਹੋਣੀ ਹੈ ਜੇ ਤੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇਗਾ, ਨਹੀਂ ਤਾਂ ਤੈਨੂੰ ਵਾਰ ਵਾਰ ਮਰਨਾ ਪਵੇਗਾ ਤੇ ਤੈਨੂੰ ਵਾਰ ਵਾਰ ਜਨਮ ਲੈਣਾ ਪਊਗਾ। ਜਦੋਂ ਤੂੰ ਅੰਮ੍ਰਿਤ ਛਕ ਲਏਗਾ ਤੈਨੂੰ ਜੂਨੀਆਂ ਦੇ ਵਿੱਚ ਨਹੀਂ ਆਉਣਾ ਪਊਗਾ, ਤੂੰ ਜੂਨੀਆਂ ਤੋਂ ਰਹਿਤ ਹੋ ਜਾਏਗਾ। ਅਗਲਾ ਜਿਹੜਾ ਪ੍ਰੋਗਰਾਮ ਹੈ ਜਦੋਂ ਤੂੰ ਫਿਰ ਆਏਗਾ ਅਗਲਾ ਫਿਰ ਸ਼ੁਰੂ ਹੋਊਗਾ। ਹੁਣ ਕਈ ਬੰਦੇ ਨੇ ਉਹਨਾਂ ਦੀ ਸਾਰੀ ਉਮਰ ਨਿਕਲ ਜਾਂਦੀ ਹੈ, ਉਹ ਬੜੇ ਫਿੱਜ ਜਾ ਕੇ ਅੰਮ੍ਰਿਤ ਛਕ ਲੈਂਦੇ ਨੇ, ਧਿਆਨ ਦੇ ਉਸ ਗੱਲ ਦੇ ਉੱਤੇ, ਉਹ ਬੜੇ ਫਿੱਜ ਜਾ ਕੇ ਅੰਮ੍ਰਿਤ ਛਕਦੇ ਨੇ। ਪਰ ਗੁਰਮੁਖ ਪਿਆਰੇ ਕਈ ਬੱਚੇ ਜਨਮ ਲੈਂਦੇ ਅੰਮ੍ਰਿਤ ਛਕ ਲੈਂਦੇ ਨੇ। ਮੈਨੂੰ ਪਤਾ ਹੈ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਿਤਾ ਜੀ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੇ ਅੰਮ੍ਰਿਤ ਜਾ ਕੇ ਛਕਿਆ 50 ਸਾਲ ਦੀ ਉਮਰ ਵਿੱਚ। ਪਰ ਗੁਰਮੁਖ ਪਿਆਰੇ ਮੈਂ 5 ਸਾਲ ਦਾ ਸੀ ਜਦੋਂ ਅੰਮ੍ਰਿਤ ਛਕ ਲਿਆ। ਮੈਂ ਕਈ ਵਾਰੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੁੰਦਾ, ਮਹਾਰਾਜ ਬੜੀ ਕਿਰਪਾ ਕੀਤੀ ਆ, ਕਹਿੰਦਾ ਮੇਰੇ ਬਾਕੀ ਜਿਹੜਾ 5 ਸਾਲ ਤੋਂ ਪਹਿਲਾਂ ਜੀਵਨ ਨਿਕਲਿਆ ਉਹ ਮੇਰਾ ਲੇਖਾ ਤੇ ਖੂਹ ਖਾਤੇ 'ਚ ਪੈ ਗਿਆ, ਖੂਹ ਖਾਤੇ 'ਚ ਪੈ ਗਿਆ। ਗੁਰਮੁਖ ਪਿਆਰੇ ਕਈ ਬੁੜੇ ਹੋਏ ਵੀ ਅੰਮ੍ਰਿਤ ਨਹੀਂ ਛਕਦੇ, ਕਈ ਬਜ਼ੁਰਗ ਹੋ ਕੇ ਅੰਮ੍ਰਿਤ ਛਕ ਲੈਂਦੇ ਨੇ, ਕਈ ਜਦੋਂ ਹੋਸ਼ ਸੰਭਾਲਦੇ ਨੇ ਉਦੋਂ ਅੰਮ੍ਰਿਤ ਛਕ ਲੈਂਦੇ ਨੇ। ਉਹ ਕਿਉਂ ਛਕਦੇ ਨੇ? ਕਿਉਂ ਉਹਨਾਂ ਨੇ ਪਹਿਲੇ ਜਨਮਾਂ ਦੇ ਵਿੱਚ ਵੀ ਕਿਤੇ ਛਕਿਆ ਸੀ, ਪਹਿਲਾਂ ਛਕਿਆ ਸੀ, ਜਨਮ ਲੈਂਦੇ ਆ ਸਾਲ ਹੋਸ਼ ਸੰਭਾਲੀ ਫਿਰ ਛਕ ਲਿਆ, ਫਿਰ ਸਾਰਾ ਜੀਵਨ ਹੀ ਉਲੱਕੇ ਦੇ ਪੱਠਾ ਹੀ ਨਿਕਲਦਾ, ਗੁਰੂ ਦੇ ਲੇਖੇ ਗੁਰੂ ਦੇ ਲੇਖੇ ਨਿਕਲਦਾ ਹੈ। ਸਮਾਂ ਨਾ ਗਵਾਓ ਸਤਸੰਗੀ, ਉਹ ਪਤਾ ਨਹੀਂ ਕਦੋਂ ਆਵਾਜ਼ ਪੈ ਜਾਣੀ, ਆਵਾਜ਼ ਕਦੋਂ ਪੈ ਜਾਣੀ ਹੈ। ਗੁਰਮੁਖ ਪਿਆਰਿਓ, ਮੈਂ ਕਈ ਵਾਰੀ ਕਹਿੰਦਾ ਹੁੰਦਾ, ਮੈਂ ਕਹਿੰਦਾ ਮਰ ਜਾਓ ਨਾ ਜੇ
ਸਫਲ ਮੇਰੀ ਹੋ ਜਾਏਗੀ। महाराज कृपा करो साडा बेड़ा बन्नी ला दिओ। बेड़ा बन्नी किवें लगदा है भाई? बरापत मानक देउरिया गोबिंद मिलण की ए तेरी बन्नी, ए मिलण दी वारी है। पर असी बोरी कमां कारां विच फसे रहिंदे, माफ करना भाई मारू नाम पाणी दी रंगण दे विच रंगिया होया। भाई पारो अज एडी मंग महाराज जी ने स्वीकार की थी। इन्हें मंग मंगी क्यों? आप एक कली उस भाई मारो की मंग नहीं, एडे मंग हर सिख मंगता। जे नहीं मंगता तो तुम के आप मंग मंगने सही प्यारे मेल जिन्हें मिलिया तेरा नाम चित आवे। दादिया कृपा करी उन्होंने मथे लाई जिन्हों मिलिया सानू तू चेते आई, जिन्हों ने मिले सू तू भुल जाए उन्हों का मिलाप न। भाई बाबू ने मांगी ना रखी है दादिया उन्हों का मिलाप करा। जिन्हों मिले बंदगी करन दा चा चले, जिन्हों मिले अंदर होर चा पैदा हो मैं होर बाणी पढ़ा, होर नित नेम करा, होर सेवा करा, जिन्हों ने अपने आप को नाम के रंगण के रंगिया होया कृपा करो मैं उन्होंने दर्शन करवा दें। जो आप जपै अपने नाम जपावे, जब नानक धूड़ मंगे इस गुरसिख की। जो आप जपै अपने नाम जपावे, दादिया उन्होंने चरणों की धूड़ लोचना जेडे आप जपते ने ते होरां नूं जपाउंदे ने। हर सतगुरु महाराज जी ने कीती है कृपा। याद रखियो एक विसाख ते एक मेला लग गया गोइंदवाल साहब की धरती ते। अज सानू पता है संगत जी आप कहने विसाखी के मेले से जाने, विसाखी के इकट्ठ से जाने, पर सब तो पहला विसाखी का मेला लवाया किने सानू दा नाम नहीं पता। वे सिखा अज कित्थे खड़ा है? माफ करियो ये सच्चाई है। अज मैं उस सिख की गल कर रहा है जिन्हें सब तो पहला विसाखी का आगाज किया, विसाखी का जन्म, विसाखी का इकट्ठ जिहड़ा है ये भाई मारो ने सब तो पहला गोइंदवाल साहब की धरती से लगवाए। हम इस धरती से इकट्ठ होया भारी ते इधरों भाई मारो डले तो तुरिया अमृत वेले। कमाल की गल रब ने ऐसी खेल बनाई आ, उस दिन ब्यास दरिया भी नको नक भर गए। ब्यास दरिया भरिया पिया है ते जलंधर का सूबेदार अब्दुल्ला खड़ोता है कि कदों दरिया खिल जाए ते मैं
ਘੋੜਾ ਪਾਰ ਕਰਦੇ ਆ। ਮੈਂ ਫੌਜਾਂ ਪਾਰ ਕਰਕੇ ਅਗਾਂਹ ਲੰਘ ਜਾਵਾਂ। ਹੁਣ ਭਾਈ ਮਾਰੋ ਇਹਦੇ ਕੋਲ ਆਇਆ, ਕੋਲ ਦੀ ਲੰਘਦਾ ਹੈ, ਇਹਨੂੰ ਬੁਲਾਇਆ ਨਹੀਂ, ਕਿਉਂਕਿ ਜਿਹੜਾ ਸੱਚੀ ਸਰਕਾਰ ਦੇ ਅੱਗੇ ਝੁਕਦਾ ਹੈ ਨਾ, ਉਹਨੂੰ ਛੋਟੀ ਮੋਟੀ ਸਰਕਾਰ ਦਾ ਡਰ ਨਹੀਂ ਹੁੰਦਾ, ਉਹ ਨਹੀਂ ਝੁਕਦਾ। ਇਹ ਗੁਰੂ ਦਾ ਪਿਆਰਾ ਸਿੱਖ ਭਾਈ ਮਾਰੋ ਲੰਘ ਗਿਆ। ਤੇ ਜਦੋਂ ਭਾਈ ਮਾਰੋ ਬਿਆਸ ਦਰਿਆ ਦੇ ਨੇੜੇ ਚਲਿਆ ਗਿਆ ਨਾ, ਅਬਦੁੱਲਾ ਕਹਿੰਦਾ ਉਹ ਮਰ ਜਾਏਗਾ, ਉਹ ਡੁੱਬ ਜਾਏਗਾ। ਕਹਿੰਦਾ ਮਾਰਨ ਵਾਲਾ ਤੇ ਡੋਬਣ ਵਾਲਾ ਮੇਰੇ ਨਾਲ ਹੈ, ਮੈਂ ਨਹੀਂ ਮਰਦਾ, ਮੈਂ ਨਹੀਂ ਮਰਦਾ। ਅਬਦੁੱਲਾ ਕਹਿੰਦਾ ਵਾਕਈ ਇਹ ਡੁੱਬੂਗਾ, ਇਹ ਨਹੀਂ ਅੱਜ ਜਿੰਦਾ ਮੁੜਦਾ। ਭਾਈ ਮਾਰੋ ਜੀ ਨੇ ਘੋੜਾ ਖੇਲ ਦਿੱਤਾ, ਘੋੜਾ ਹੋਇਆ ਪਾਰ, ਭਾਈ ਮਾਰੋ ਪਹੁੰਚਿਆ ਇਸ ਗੁਰਦੁਆਰ ਸਾਹਿਬ ਦੀ ਧਰਤੀ ਤੇ। ਅੱਜ ਰੱਜ ਰੱਜ ਕੇ ਸੇਵਾ ਕੀਤੀ ਭਾਂਡੇ ਮਾਂਜੇ, ਜਦੋਂ ਭਾਂਡੇ ਮਾਂਜਦਾ ਰੱਜ ਰੱਜ ਕੇ ਸੇਵਾ ਕਰਦਾ ਹੈ, ਹਨੇਰਾ ਹੋ ਚੱਲਿਆ, ਦਰਿਆ ਉੱਥੇ ਦਾ ਉੱਥੇ ਖੜੋਤਾ ਹੈ, ਦਰਿਆ ਨਹੀਂ ਚੱਲਿਆ। ਤੇ ਇੱਕ ਭਾਈ ਮਾਰੋ ਨੇ ਅੱਜ ਬੜੀ ਸੇਵਾ ਕੀਤੀ, ਰੱਜ ਰੱਜ ਸੇਵਾ ਕਮਾਈ ਹੈ। ਭਾਈ ਮਾਰੋ ਅੱਜ ਸੇਵਾ ਹੀ ਕਰਦਾ ਰਿਹਾ, ਹਨੇਰਾ ਹੋ ਗਿਆ, ਵਾਪਸ ਮੁੜਿਆ। ਤੇ ਜਦੋਂ ਵਾਪਸ ਮੁੜਿਆ ਨਾ, ਦਰਿਆ ਫਿਰ ਪਾਰ ਕੀਤਾ, ਅਬਦੁੱਲਾ ਉੱਥੇ ਹੀ ਖੜਾ ਹੈ। ਅਬਦੁੱਲੇ ਨੇ ਗਾਂਹ ਜਾਣਾ, ਅਬਦੁੱਲਾ ਕਹਿੰਦਾ ਓਏ ਮਿੱਤਰਾ ਇੱਕ ਗੱਲ ਦੱਸ, ਤੂੰ ਹੈ ਕੌਣ? ਇਹਨਾਂ ਆਖਿਆ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ। ਇਹ ਵੀ ਆਖਿਆ ਮੈਂ ਪਾਰੂ, ਅੱਜ ਮੈਨੂੰ ਕੋਈ ਪੁੱਛ ਲਵੇ ਨਾ, ਠੋਕ ਕੇ ਅਸੀਂ ਕਹਿੰਦੇ ਮੈਂ ਫਲਾਣਾ ਸਿੰਘ। ਉਹ ਭਾਈ ਆ ਵੇਖ ਗੁਰੂ ਦੇ ਨਾਲ ਕਿੰਨਾ ਪਿਆਰ ਹੈ ਸਿੱਖ ਦਾ। ਕਹਿੰਦਾ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ, ਮੈਂ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿਆਰਾ ਸੇਵਕ ਹੈ। ਕਹਿੰਦਾ ਅੱਛਾ ਕਿੱਥੋਂ ਹੈ? ਕਹਿੰਦਾ ਆਪਣੇ ਗੁਰੂ ਸਾਹਿਬ ਦੇ ਕੋਲ ਗਿਆ ਸੀ। ਕਹਿੰਦਾ ਜੇ ਤੂੰ ਮਰ ਜਾਂਦਾ ਹੀ? ਕਹਿੰਦਾ ਮੈਂ ਨਹੀਂ ਮਰਦਾ। ਕਹਿੰਦਾ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਕਹਿੰਦਾ ਨਹੀਂ। ਕਹਿੰਦਾ ਕਿਉਂ? ਕਹਿੰਦਾ ਮੇਰਾ ਗੁਰੂ ਕਹਿੰਦਾ ਭੈ ਕਾਹੂ ਤੋ ਦੇਖ ਲੈ ਨੈ ਭੈ ਮਾਨਤ। ਉਹ ਮੇਰੇ ਗੁਰੂ ਨੇ ਕਿਹਾ ਨਿਰਭਉ, ਜਿਹੜਾ ਆਪ ਡਰ ਤੋਂ ਰਹਿਤ ਹੈ ਉਹ ਮੈਨੂੰ ਵੀ ਡਰ ਤੋਂ ਰਹਿਤ ਕਰ ਦਿੰਦਾ। ਉਹਨੇ ਮੈਨੂੰ ਵੀ ਡਰ ਤੋਂ ਰਹਿਤ ਕਰ ਦਿੱਤਾ, ਮੈਂ ਨਹੀਂ ਡਰਦਾ। ਤੂੰ ਡਰਦਾ? ਕਹਿੰਦਾ ਹਾਂ, ਮੈਨੂੰ ਬੜਾ ਡਰ ਲੱਗਦਾ, ਮੌਤ ਦਾ ਬਹੁਤ ਡਰ ਲੱਗਦਾ। ਕਹਿੰਦੇ ਫਿਰ ਚੱਲ ਮੇਰੇ ਗੁਰੂ ਕੋਲ, ਮੌਤ ਦਾ ਡਰ ਦੂਰ ਕਰ ਦਿਆਂਗੇ। ਇਹ ਅਬਦੁੱਲਾ ਕਹਿੰਦਾ ਪਹਿਲਾਂ ਇਹ ਗੱਲ ਦੱਸ ਵੀ ਤੂੰ ਅੱਜ ਦਰਿਆ ਨੱਕਾ ਨੱਕ ਭਰਿਆ ਪਰ ਫਿਰ ਵੀ ਤੂੰ ਰੁਕਿਆ ਨਹੀਂ, ਤੂੰ ਪਾਰ ਕਰਕੇ ਦਰਿਆ ਕਰਨ ਕੀ ਗਿਆ ਸੀ? ਕਹਿੰਦਾ ਸੇਵਾ। ਕਮਾਲ ਦੀ ਗੱਲ ਹੈ, ਕਹਿੰਦਾ ਤੂੰ ਸੇਵਾ ਕਰਨ ਗਿਆ? ਉਹ ਮੌਤ ਦੇ ਨਾਲ ਆਡਾ ਲੈ ਕੇ ਤੂੰ ਸੇਵਾ ਕਰਨ ਗਿਆ? ਭਾਈ ਮਾਰੋ ਦੇ ਚਰਨਾਂ ਤੇ ਅਬਦੁੱਲੇ ਨੇ ਮੱਥਾ ਟੇਕ ਦਿੱਤਾ। ਸਾਧ ਸੰਗਤ ਕਹਿੰਦਾ ਮੈਨੂੰ ਆਪਣਾ ਚੇਲਾ ਬਣਾ ਲੈ। ਭਾਈ ਮਾਰੋ ਕਹਿੰਦਾ ਜੇ ਚੇਲਾ ਹੀ ਬਣਨਾ ਮੇਰੇ ਗੁਰੂ ਅਮਰਦਾਸ ਦਾ ਬਣ, ਉਹ ਮੈਂ ਤੇ ਆਪ ਉਹਨਾਂ ਦਾ ਸੇਵਕ ਹਾਂ, ਮੈਂ ਪਿਆਰਾ ਸਿੱਖ ਹੈ, ਆਹ ਤੈਨੂੰ ਗੁਰੂ ਦੇ ਚਰਨਾਂ ਵਿੱਚ ਲੈ ਚੱਲਾਂ। ਭਾਈ ਅਬਦੁੱਲੇ ਨੂੰ ਦੂਜੇ ਦਿਨ ਸਵੇਰ ਨੂੰ ਆ ਗੁਰੂ ਦਾ ਪਿਆਰਾ ਸਿੰਘ ਭਾਈ ਮਾਰੋ ਆਇਆ ਲੈ ਕੇ। ਯਾਦ ਰੱਖਿਓ ਜਦੋਂ ਪਹੁੰਚਿਆ ਨਾ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਟੇਕਿਆ ਮੱਥਾ, ਮੱਥਾ ਟੇਕ ਕੇ ਮਹਾਰਾਜ ਜੀ ਨੂੰ ਕਹਿੰਦਾ ਹੈ ਦਾਤਿਆ ਆ ਅਬਦੁੱਲਾ ਤੁਹਾਡਾ ਸਿੱਖ ਬਣਨਾ ਚਾਹੁੰਦੇ। ਮਹਾਰਾਜ ਕਹਿੰਦੇ ਭਾਈ ਮਾਰੋ ਇਹ ਸਿੱਖ ਬਣਨ ਯੋਗ ਨਹੀਂ। ਮਹਾਰਾਜ ਕਿਉਂ? ਇਹਨੂੰ ਸਿੱਖ ਬਣਾਈਏ ਕਿਵੇਂ? ਇਹ ਤੇ ਬੜਾ ਪਾਪੀ ਹੈ, ਇਹ ਤੇ ਬੜਾ ਹੰਕਾਰੀ ਹੈ। ਨਹੀਂ ਮਹਾਰਾਜ, ਇਹ ਝੁਕਦੀ ਟਲ ਚੁੱਕਿਆ। ਮਹਾਰਾਜ ਕਹਿੰਦੇ ਵਾਕਈ? ਕਹਿੰਦਾ ਮਹਾਰਾਜ ਕਹਿੰਦੇ ਭਾਈ ਮਾਰੋ ਪਰਮਹੰਸ ਇਸੇ ਲਈ ਬਣਾਇਆ, ਜਿਹੜਾ ਕੰਮ ਤੂੰ ਸ਼ੁਰੂ ਕਰ ਦਿੱਤਾ ਹੈ ਨਾ, ਇਹੀ ਪਰਮਹੰਸ ਦਾ ਕੰਮ, ਟੁੱਟਿਆਂ ਨੂੰ ਜੋੜਨਾ ਇਹ ਪਰਮਹੰਸ ਦਾ ਕੰਮ ਹੈ। ਕਿ ਤੂੰ ਵਾਕਈ ਪਰਮਹੰਸ ਹੈ, ਜਿਹੜਾ ਕਿਤਾਬ ਤੈਨੂੰ ਦਿੱਤਾ ਹੈ ਨਾ, ਵਾਕਈ ਤੇਰੇ ਤੇ ਢੁਕਦਾ ਹੈ, ਤੂੰ ਟੁੱਟਿਆਂ ਨੂੰ ਜੋੜਦੇ। ਕਮਾਲ ਦੀ ਗੱਲ ਯਾਦ ਰੱਖਿਓ, ਇਹ ਅਬਦੁੱਲਾ ਵੀ ਸਿੱਖ ਕੌਮ ਦਾ ਪ੍ਰਚਾਰਕ ਬਣਿਆ, ਜਲੰਧਰ ਦਾ ਸੂਬੇਦਾਰ ਅਬਦੁੱਲਾ ਵੀ ਮਹਾਰਾਜ ਦੇ ਪ੍ਰਚਾਰਕ ਬਣੇ। ਮੈਂ ਜਿਹੜੀ ਗੱਲ ਕਰਨੀ ਚਾਹੁੰਦੇ, ਭਾਈ ਮਾਰੋ ਜਦੋਂ ਆ ਕੇ ਅੱਜ ਅਬਦੁੱਲੇ ਨੂੰ ਵੀ ਸਿੱਖ ਬਣਾ ਦਿੰਦਾ, ਮਹਾਰਾਜ ਨੇ ਕਿਹਾ ਅਬਦੁੱਲੇ ਨੂੰ ਦਿੱਤੀ ਸਿੱਖੀ, ਇਹ ਕਹਿੰਦਾ ਦਾਤਿਆ ਫਿਰ ਕਿਰਪਾ ਕਰ ਅੱਜ ਮੈਂ ਤੇਰੇ ਕੋਲ ਆਪ ਮੰਗਣਾ। ਉਹਨੇ ਭਾਈ ਮਾਰੋ ਕਹਿੰਦਾ ਮਹਾਰਾਜ ਅੱਜ ਮੈਂ ਆਪ ਮੰਗਦਾ, ਉਦੋਂ ਤੁਸੀਂ ਧੱਕੇ ਨਾਲ ਗਿਆ ਸੀ ਨਾ ਮੰਗ, ਪਰ ਅੱਜ ਮੇਰੀ ਮੰਗ ਤੁਹਾਡੇ ਚਰਨਾਂ ਵਿੱਚ ਹੈ, ਅੱਜ ਮੈਂ ਮੰਗ ਮੰਗਣੀ ਆ। ਮਹਾਰਾਜ ਮੰਗ ਪੂਰੀ ਕਰੋਗੇ? ਭਾਈ ਮਾਰੋ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ, ਇਹਦਾ ਸਿਰ ਪਲੋਸਿਆ, ਅਸੀਸ ਦਿੱਤੀ। ਕਹਿੰਦੇ ਓਏ ਮਾਰੋ ਉਹ ਭਲਿਆ ਮੈਂ ਬੜਾ ਖੁਸ਼ ਹੈ, ਅੱਜ ਤੂੰ ਮੰਗਿਆ ਹੀ,
ਇੰਨੇ ਸਾਲਾਂ ਤੋਂ ਸੇਵਾ ਕਰਦਾ ਰਿਹਾ, ਪਰ ਮੈਂ ਮੰਗਿਆ ਨਹੀਂ, ਅੱਜ ਮੰਗਿਆ। ਦੱਸ ਕੀ ਮੰਗਣਾ ਚਾਹੁੰਦਾ ਪੁੱਤਰਾ? ਤੇ ਭਾਈ ਪਾਰੋ ਨੇ ਜਿਹੜੀ ਮੰਗ ਮੰਗੀ ਸੀ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ, ਭਾਈ ਪਾਰੋ ਦੇ ਬੋਲਾਂ ਦਾ ਖੁਲਾਸਾ ਆਪ ਪ੍ਰਭ ਦੀ ਸੰਗਤ ਦੀ ਸੇਵਾ ਵਿੱਚ ਗਿਆਨੀ ਨਰਿੰਦਰ ਸਿੰਘ ਜੀ ਦੇ ਨਾਲ ਢਾਡੀ ਜਥਾ you
खालसा मेरो रूप है ते जे गुरु दा रूप खालसा है फिर अज असी गुरु दा रूप क्यों बन लिया क्यों असी अज गुरु दा रूप बन लिया माफ करना बीबिया भैणा नूं गल कहनी चाहो जेडे अज उहनां दा भाव नहीं चक्या जाणा मुड़ मुड़ कड़ियां कड़ियां इनका लगता है याद रखियो अज असी परवटे कटा दे दिंदे हां ब्यूटी पार्लर ते जाके मैं नहीं कहिंदा डाक्टरां दी टैक्नोलॉजी कहिंदी है अज बच्चे निक्के निक्के बच्चियां दे अनका क्यों लगदे उहदा कारण है मां
ਮਾਂ ਦੀ ਕੁੱਖ ਚੋਂ ਬੱਚੇ ਨੇ ਜਨਮ ਲਿਆ। ਹੁਣ ਮੈਂ ਇੱਥੇ ਛੋਟੀ ਜਿਹੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ। ਮੰਨ ਲਓ ਕਿਸੇ ਦਾ ਜਨਮ ਨਹੀਂ, ਉਹ ਬੰਦਾ ਸਾਡੇ ਘਰ ਆਵੇ ਤੇ ਆ ਕੇ ਆਪਣੇ ਦਿੱਤੇ ਹੋਏ ਗਿਫਟ ਨੂੰ ਦੇਖੇ, ਤੋਹਫੇ ਨੂੰ ਦੇਖੇ, ਤੇ ਉਹਦੇ ਮਨ 'ਚ ਕੀ ਵਿਚਾਰ ਆਏਗਾ ਵੀ ਇਹਨੇ ਪਿਆਰ ਨਾਲ ਮੈਨੂੰ ਤੋਹਫਾ ਦਿੱਤਾ, ਇਹਨੇ ਮੇਰੇ ਤੋਹਫੇ ਦਾ ਬਣਾ। ਮੈਂ ਐਵੇਂ ਥੋੜ੍ਹਾ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਤੇ ਤੂੰ ਮੇਰੇ ਤੋਹਫੇ ਦਾ ਬੁਰੀਏ ਵਿਗਾੜਿਆ। ਵੀ ਮੈਂ ਇੱਥੇ ਗੱਲ ਕਹਿ ਕੇ ਸਮਾਪਤੀ ਕਰਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਸਿੱਖ ਸੀ, ਜਦੋਂ ਸੰਗਤ 'ਚ ਬਹਿੰਦਾ ਸੀ ਤਾਂ ਸਾਧਸੰਗ ਸੁਣੇ, ਆ ਵੱਡੇ ਵੱਡੇ ਦਾੜਿਆਂ ਵਾਲੇ ਬੈਠੇ ਨੇ ਮਹਾਂਪੁਰਸ਼ ਗੁਰੂ ਦੇ ਪਿਆਰੇ ਸਿੱਖ, ਮੈਨੂੰ ਗੱਲ ਯਾਦ ਆ ਗਈ। ਉਹ ਸਿੱਖ ਨੇ ਨਾ ਜਦੋਂ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆ ਕੇ ਸਭ ਤੋਂ ਮੋਹਰੇ ਬਹਿਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਚਾਰ ਕਰਨੀ, ਦੀਵਾਨ ਲੱਗਣਾ, ਜਦੋਂ ਉਹਨੇ ਉੱਠ ਕੇ ਜਾਣਾ ਮਹਾਰਾਜ ਜੀ ਨੇ ਉਹਦੇ ਵੱਲ ਦੇਖ ਕੇ ਮੁਸਕਰਾਉਣਾ ਹੱਸਣਾ, ਤੇ ਉਹਨੇ ਬੜਾ ਟੌਰ ਟੱਪਾ ਮਹਿਸੂਸ ਕਰਨਾ। ਵਿਵਹਾਰ ਬੜੀ ਵਧੀਆ, ਕਦ ਪਾਠ ਬੜਾ ਉੱਚਾ ਲੰਬਾ। ਕਈ ਦਿਨ ਬੀਤ ਕੇ ਮਹਾਰਾਜ ਹੱਸਦੇ, ਇੱਕ ਦਿਨ ਉਹ ਸ਼ੀਸ਼ੇ ਦੇ ਸਾਹਮਣੇ ਖੜਾ, ਕੀ ਵੇਖਿਆ ਲਾਣਾ ਪੂਰਾ ਭਰਮਾ ਕਾਲਾ ਹੈ, ਇੱਕ ਵਿੱਚ ਕੇਸ ਚਿੱਟਾ ਸੀ, ਸੁਣੇ ਵਿੱਚ ਕੇਸ ਚਿੱਟਾ ਸੀ, ਜਿਹਨੂੰ ਕਹਿੰਦੇ ਧੌੜਾ ਆ ਗਈ। ਉਹ ਧੌੜਾ ਦੇਖਿਆ ਮਨ ਚ ਵਿਚਾਰ ਆ ਗਈ, ਇਹ ਮੇਰੀ ਸੁਹਾਪਣਤਾ ਨੂੰ ਸਾਹਮਣੇ ਚਾਹੇ ਮਹਾਰਾਜ ਨੇ ਅੱਜ ਦੀਵਾਨ ਲਾਇਆ, ਦੀਵਾਨ ਤੋਂ ਬਾਅਦ ਉਹਦੇ ਵੱਲ ਦੇਖਿਆ ਹੀ ਹੱਸਣ ਦੀ ਤੇ ਗੱਲ ਹੀ ਨਹੀਂ ਹੁੰਦੀ, ਮੁਸਕਰਾਉਣ ਦੀ ਤੇ ਗੱਲ ਹੁੰਦੀ, ਮਹਾਰਾਜ ਨੇ ਦੇਖਿਆ ਹੀ ਨਹੀਂ। ਦੋ ਦਿਨ ਤਿੰਨ ਦਿਨ ਆਖਿਰਕਾਰ ਦੂਜੇ ਦਿਨ ਮਹਾਰਾਜ ਨੇ ਚਰਨਾਂ ਵਿੱਚ ਢੇਗ ਕੇ ਤਾਂ ਮਹਾਰਾਜ ਗੱਲ ਦੀ ਸੁਣੀ, ਮਹਾਰਾਜ ਕਹਿੰਦੇ ਤੂੰ ਤੇ ਸਰੂਪ ਵੀ ਵਿਗਾੜ, ਤੂੰ ਤੇ ਰੂਪ ਹੀ ਵਿਗਾੜ ਦਿੰਦਾ। ਕਿਆ ਤੁਸੀਂ ਧੌੜਾ ਆਇਆ ਨਹੀਂ ਪੱਟ ਦਿੰਦੇ ਆਇਆ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਸ਼ੁਭ ਦਿਹਾੜੇ ਦੀਆਂ ਦੇਸਾਂ ਵਿਦੇਸਾਂ ਵਿੱਚ ਵਸ ਰਹੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਅੱਜ ਸ਼ਾਹੀ ਠਾਠ ਨਾਨਕਸਰ ਨਕੋਦਰ ਵਿਖੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ, ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਬੇਅੰਤ ਸੰਗਤਾਂ ਨੇ ਜਨਮ ਸਫਲੇ ਕੀਤੇ। ਸਾਰੇ ਹੀ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰਾਂ ਵੱਲੋਂ ਇੱਕ ਵਾਰੀ ਫਿਰ ਤੋਂ ਸਾਰੀਆਂ ਹੀ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।